ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਲੱਸ ਟੂ ਤੋਂ ਬਾਅਦ ਲਗਭਗ ਹਰ ਵਿਦਿਆਰਥੀ ਇੱਕ ਵਾਰ ਜ਼ਰੂਰ ਕਨਫਿਊਜ਼ ਹੁੰਦਾ ਹੈ ਕਿ ਉਹ ਅੱਗੇ ਕਿਹੜਾ ਕੋਰਸ ਕਰੇ। ਤਾਂ ਤੁਸੀਂ ਥੰਬਨੇਲ ਦੇ ਵਿੱਚ ਇੱਕ ਕੋਟ ਦੇਖ ਰਹੇ ਹੋ ਕਿ ਈਦਰ ਆਈ ਵਿਲ ਫਾਈਂਡ ਦਾ ਵੇ ਔਰ ਆਈ ਵਿਲ ਮੇਕ ਵਨ, ਜਾਂ ਤਾਂ ਫਿਰ ਮੈਂ ਕੋਈ ਰਸਤਾ ਲੱਭਾਂਗਾ ਜਾਂ ਫਿਰ ਮੈਂ ਰਸਤਾ ਕ੍ਰੀਏਟ ਕਰਾਂਗਾ। ਤਾਂ ਤੁਸੀਂ ਬਹੁਤ ਸਾਰੇ ਰਸਤੇ ਕ੍ਰੀਏਟ ਵੀ ਕਰ ਸਕਦੇ ਹੋ ਅਤੇ ਲੱਭ ਵੀ ਸਕਦੇ ਹੋ। ਤਾਂ ਉਹਦੇ ਲਈ ਇੱਕ ਅਵੇਅਰਨੈਸ, ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਸੋ ਜੇ ਤੁਸੀਂ ਬਹੁਤ ਚੰਗੇ ਵੀਡੀਓ ਅਤੇ ਸਟੱਡੀ ਮਟੀਰੀਅਲ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਅਤੇ ਦੂਜੇ ਨਾਲ ਸ਼ੇਅਰ ਵੀ ਕਰੋ। ਹੁਣ ਆਪਾਂ ਚੱਲਦੇ ਹਾਂ ਮੇਨ ਟੌਪਿਕ ਦੇ ਉੱਪਰ। ਤੁਸੀਂ ਥੰਬਨੇਲ 'ਚ ਦੇਖਿਆ ਕਿ ਇਹ ਕੋਰਸ ਪਲੱਸ ਟੂ ਤੋਂ ਬਾਅਦ ਕਰੋ ਅਤੇ ਸਰਕਾਰੀ ਨੌਕਰੀ ਪੱਕੀ। ਸੋ ਪਿਆਰੇ ਵਿਦਿਆਰਥੀਓ, ਪਲੱਸ ਟੂ ਤੋਂ ਬਾਅਦ ਤੁਸੀਂ ਅਜਿਹੇ ਬਹੁਤ ਕੋਰਸ ਕਰ ਸਕਦੇ ਹੋ ਜਿਨ੍ਹਾਂ ਨਾਲ ਸਰਕਾਰੀ ਨੌਕਰੀ ਜਿਹੜੀ ਹੈਗੀ ਆ ਉਹ ਸੈਂਟਰਲ ਅਤੇ ਸਟੇਟ ਲੈਵਲ 'ਤੇ ਮਿਲਣੀ ਲਗਭਗ ਨਿਸ਼ਚਿਤ ਹੋ ਜਾਂਦੀ ਹੈ। ਤਾਂ ਇਹਨਾਂ ਵਿੱਚੋਂ ਇੱਕ ਕੋਰਸ ਹੈ ਮੈਡੀਕਲ ਗੈਸ ਪਾਈਪਲਾਈਨ ਸਿਸਟਮ। ਤਾਂ ਬਹੁਤੇ ਵਿਦਿਆਰਥੀਆਂ ਨੂੰ ਇਹਨਾਂ ਬਾਰੇ ਨਹੀਂ ਪਤਾ ਕਿਉਂਕਿ ਜਾਗਰੂਕਤਾ ਦੀ ਕਮੀ ਹੈ। ਪਲੱਸ ਟੂ ਮੈਡੀਕਲ, ਨੋਨ ਮੈਡੀਕਲ ਤੋਂ ਬਾਅਦ ਜਾਂ ਪਲੱਸ ਟੂ ਆਰਟਸ ਤੋਂ ਬਾਅਦ ਵੀ ਬਹੁਤ ਸਾਰੇ ਅਜਿਹੇ ਕੋਰਸ ਨੇ ਜਿਨ੍ਹਾਂ ਬਾਰੇ ਹਜੇ ਤੱਕ ਕੋਈ ਵੀ ਨਹੀਂ ਜਾਣਦਾ। ਠੀਕ ਹੈ, ਹੁਣ ਬਹੁਤ ਸਾਰੇ ਜਦੋਂ ਜੋਬਸ ਨਿਕਲਦੇ ਨੇ ਉਦੋਂ ਪਤਾ ਲੱਗਦਾ ਕਿ ਹਾਂ ਯਾਰ ਇਹੋ ਜਿਹੇ ਕੋਰਸ ਵੀ ਕੀਤੇ ਜਾ ਸਕਦੇ ਸੀ। ਸੋ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਹੁੰਦਾ ਕੀ ਹੈ? ਹਰ ਹੋਸਪਿਟਲ ਦੇ ਵਿੱਚ ਪੇਸ਼ੈਂਟਸ ਨੂੰ ਬਹੁਤ ਸਾਰੀਆਂ ਗੈਸਿਸ ਦੀ ਜ਼ਰੂਰਤ ਹੁੰਦੀ ਆ। ਤੁਸੀਂ ਆਮ ਤੌਰ 'ਤੇ ਦੇਖਿਆ ਹੋਵੇ ਜਦੋਂ ਕ੍ਰਿਟੀਕਲ ਕੰਡੀਸ਼ਨ 'ਚ ਕੋਈ ਪੇਸ਼ੈਂਟ ਹੁੰਦਾ ਤਾਂ ਉਸਨੂੰ ਆਕਸੀਜਨ ਲਗਾਈ ਜਾਂਦੀ ਹੈ। ਤਾਂ ਆਕਸੀਜਨ ਤੋਂ ਬਿਨਾਂ ਵੀ ਬਹੁਤ ਸਾਰੀਆਂ ਮੈਡੀਕਲ ਗੈਸਿਸ ਨੇ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਰ ਹੋਸਪਿਟਲ ਦੇ ਵਿੱਚ। ਤਾਂ ਹਰ ਹੋਸਪਿਟਲ ਦੇ ਵਿੱਚ ਮੈਡੀਕਲ ਗੈਸ ਪਾਈਪਲਾਈਨ ਇੱਕ ਸਿਸਟਮ ਹੁੰਦਾ ਹੈ। ਤਾਂ ਉਸਨੂੰ ਚਲਾਉਣ ਦੇ ਲਈ ਇੱਕ ਟੈਕਨੀਸ਼ੀਅਨ ਦੀ ਵੀ ਜ਼ਰੂਰਤ ਪੈਂਦੀ ਹੈ। ਇਸ ਨੂੰ ਮੈਨੀਫੋਲਡ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਤਾਂ ਮੈਨੀਫੋਲਡ ਟੈਕਨੀਸ਼ੀਅਨ ਜਾਂ MGPS ਮੈਡੀਕਲ ਗੈਸ ਪਾਈਪਲਾਈਨ ਸਿਸਟਮ, ਤਾਂ ਦੋਨੋਂ ਤਰ੍ਹਾਂ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਸੋ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਦਾ ਕੋਰਸ ਕਰਨ ਲਈ ਤੁਸੀਂ ਮੈਡ ਇੰਸਟੀਚਿਊਟ ਆਫ ਮੈਡੀਕਲ ਗੈਸ ਟੈਕਨੋਲੋਜੀ ਪ੍ਰਾਈਵੇਟ ਲਿਮਿਟਡ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਤੁਸੀਂ ਦੇਖ ਰਹੇ ਹੋ ਕਿ ਇੱਥੇ ਦਿੱਤਾ ਹੋਇਆ ਹੈ 88485-27909। ਤਾਂ ਇਸ 'ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਜ਼ਿਆਦਾ ਡਿਟੇਲਸ ਲੈ ਸਕਦੇ ਹੋ। ਤਾਂ ਇਹ ਪਲੱਸ ਟੂ ਤੋਂ ਬਾਅਦ ਸਰਟੀਫਿਕੇਟ ਕੋਰਸ ਪ੍ਰੋਵਾਈਡ ਕਰ ਰਹੇ ਨੇ ਅਤੇ ਉਸ ਤੋਂ ਉਪਰੰਤ ਐਡਵਾਂਸ ਡਿਪਲੋਮਾ ਕੋਰਸ ਵੀ ਜਿਹੜਾ ਹੈਗਾ ਇਹ ਪ੍ਰੋਵਾਈਡ ਕਰਦੇ ਨੇ। ਠੀਕ ਹੈ ਜੀ, ਤਾਂ ਤੁਸੀਂ ਅਜਿਹੇ ਕੋਰਸ ਆਪਦੇ ਪਲੱਸ ਟੂ ਤੋਂ ਬਾਅਦ ਜਾਂ ਫਿਰ ਅਗਰ ਤੁਸੀਂ ਕੋਈ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਤਾਂ ਉਸ ਤੋਂ ਬਾਅਦ ਵੀ ਇਹ ਕੋਰਸ ਕਰ ਸਕਦੇ ਹੋ। ਠੀਕ ਹੈ, ਤਾਂ ਇਸ ਕੋਰਸ ਨੂੰ ਕਰਨ ਉਪਰੰਤ ਤੁਸੀਂ ਕਿਸੇ ਵੀ ਪ੍ਰਾਈਵੇਟ ਹੋਸਪਿਟਲ 200 ਬੈੱਡ ਦੇ ਹੋਸਪਿਟਲ ਦੇ ਵਿੱਚ ਅਗਰ ਤਜਰਬਾ ਪ੍ਰਾਪਤ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਬਹੁਤ ਵਧੀਆ ਸਰਕਾਰੀ ਨੌਕਰੀ ਲਈ ਐਲੀਜੀਬਲ ਹੋ ਜਾਂਦੇ ਹੋ। ਹਾਲ ਹੀ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪੋਸਟਾਂ ਕੱਢੀ ਗਈਆਂ ਸੀ ਤਾਂ ਉਹਨਾਂ ਨੇ ਪਲੱਸ ਟੂ ਤੋਂ ਬਾਅਦ ਇੱਥੇ 2 ਸਾਲ ਦਾ ਐਕਸਪੀਰੀਅੰਸ ਮੰਗਿਆ ਸੀ 200 ਬੈੱਡ ਦੇ ਹੋਸਪਿਟਲ ਦੇ ਵਿੱਚ। ਤਾਂ ਤੁਸੀਂ ਅਜਿਹੇ ਕੋਰਸ ਕਰਕੇ ਪਹਿਲਾਂ ਪ੍ਰਾਈਵੇਟ ਐਕਸਪੀਰੀਅੰਸ ਗੇਨ ਕਰਕੇ ਤੁਸੀਂ 2 ਸਾਲ ਦਾ ਜਾਂ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਵੀ ਐਕਸਪੀਰੀਅੰਸ ਕੰਟਰੈਕਟ ਬੇਸ 'ਤੇ ਮਿਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਪੱਕੀ ਨੌਕਰੀ ਲਈ ਐਲੀਜੀਬਲ ਹੋ ਜਾਂਦੇ ਹੋ। ਇਹ ਇੰਸਟੀਚਿਊਟ ਜੋ ਤੁਹਾਨੂੰ ਮੈਂ ਦੱਸਿਆ ਮੈਡ ਇੰਸਟੀਚਿਊਟ ਆਫ ਮੈਡੀਕਲ ਗੈਸ ਟੈਕਨੋਲੋਜੀ ਪ੍ਰਾਈਵੇਟ ਲਿਮਿਟਡ, ਤਾਂ ਇਹ ਕੇਰਲਾ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਤੁਸੀਂ ਨੰਬਰ 'ਤੇ ਸੰਪਰਕ ਕਰਕੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਅਤੇ ਕੋਰਸ ਨੂੰ ਕਮੈਂਸ ਕਰ ਸਕਦੇ ਹੋ, ਸਟਾਰਟ ਕਰ ਸਕਦੇ ਹੋ। ਹੋਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੋਰਸ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ 'ਚ ਮੈਂਸ਼ਨ ਕਰੋ ਜਾਂ ਫਿਰ ਮੇਰੇ ਨੰਬਰ 98763-71788 ਉੱਪਰ ਸੰਪਰਕ ਕਰ ਸਕਦੇ ਹੋ। ਥੈਂਕ ਯੂ, ਥੈਂਕਸ ਫੋਰ ਵਾਚਿੰਗ।